ਨਹਿਰ 'ਤੇ ਜਿਹੜੀ ਹੈ ਬਿਲਡਿੰਗ ਬਣ ਰਹੀ ਹੈਗੀ ਹੈ, ਲਗਾਤਾਰ ਵਾਇਓਲੇਸ਼ਨ ਕੀਤੀ ਹੈ, ਕੋਈ ਹਾਊਸ ਲਾਈਨ ਨਹੀਂ ਹੈ, ਕਿੰਨੀ ਵਾਰੀ ਤੁਹਾਡੇ ਨੋਟਿਸ 'ਚ ਵੀ ਲਿਆਇਆ ਗਿਆ ਤੁਹਾਡਾ, ਪਰ ਉੱਥੇ ਕੱਖ ਨਹੀਂ ਹੋਇਆ। ਕਮਿਸ਼ਨਰ ਸਾਹਿਬ, ਇਹ ਜਿਹੜਾ ਬਿਲਡਿੰਗ ਚੈੱਕ ਕਰੋ ਕਿਹੜੀ ਹੈ ਅਤੇ ਅੱਜ ਹੀ ਐਕਸ਼ਨ ਕਰੋ ਜੀ, ਬੜੀ ਵਾਰ ਅਖਬਾਰਾਂ 'ਚ ਆ ਗਿਆ ਜਿਹੜੀ ਵੀ ਬਿਲਡਿੰਗ ਆ ਉੱਥੇ ਸਰਕਾਰੀ ਜਗ੍ਹਾ ਵੀ ਦੱਬੀ ਹੋਈ ਹੈ ਉਹਨਾਂ ਨੇ, ਜਿਹੜੀ ਸੂਏ ਦੇ ਬਿਲਕੁਲ ਨਾਲ ਹੈ। ਚੈੱਕ ਕਰਕੇ ਜੀ ਐਕਸ਼ਨ ਕਰੋ ਸਰ, ਅੱਜ ਹੁਣੇ ਲਾਓ, ਹੁਣੇ ਐਕਸ਼ਨ ਹੋਏਗਾ, ਘੰਟੇ ਬਾਅਦ ਸਰ, ਇੱਕ ਘੰਟੇ ਬਾਅਦ ਐਕਸ਼ਨ ਹੋਏਗਾ। ਬਿਲਕੁਲ, ਮੈਂ ਉਸ ਚੀਜ਼ 'ਤੇ ਸਟੈਂਡ ਆ, ਕਾਇਮ ਆ, ਜਦ ਤੱਕ ਅਸੀਂ ਜਦੋਂ ਤੱਕ ਅਸੀਂ ਉਹਦੀ ਜੜ ਨਹੀਂ ਫੜਾਂਗੇ ਉਦੋਂ ਤੱਕ ਬੁੱਢਾ ਨਾ, ਕਿਉਂਕਿ ਪੁਰਾਣੀ ਜਿਹੜੀ DPR ਬਣੀ ਆ, ਪੁਰਾਣੀਆਂ ਸਰਕਾਰਾਂ ਵੇਲੇ ਦੀ, ਉਹ ਗਲਤ ਬਣੀ ਆ। ਅਸੀਂ ਤਾਂ ਉਹਨਾਂ ਦੇ ਬੀਜੇ ਕੰਢੇ ਚੁੱਗ ਰਹੇ ਹਾਂ, ਕੋਸ਼ਿਸ਼ ਕਰ ਰਹੇ ਚੁੱਗਣ ਦੀ, ਪਰ ਜਿੱਥੇ ਸਾਨੂੰ ਜ਼ਰੂਰਤ ਪਵੇ ਤਾਂ ਅਸੀਂ ਕਰਾਂਗੇ। ਮੁੱਦਾ ਅੱਜ ਲੁਧਿਆਣਾ 'ਚ ਸਾਡੇ ਸਾਰੇ ਸਤਿਕਾਰਯੋਗ ਮੈਂਬਰ ਸਾਹਿਬਾਨ, ਮੇਰੇ ਸਾਰੇ MLA ਸਾਹਿਬ ਆਏ ਨੇ, ਅਤੇ ਅਸੀਂ ਲੁਧਿਆਣੇ ਦੀ ਬਿਹਤਰੀ ਵਾਸਤੇ, ਲੁਧਿਆਣੇ ਦੀ ਡਿਵੈਲਪਮੈਂਟ ਵਾਸਤੇ, ਜੋ ਕੰਮ ਰੁਕੇ ਹੋਏ ਨੇ ਉਹਨਾਂ ਨੂੰ ਤੇਜ਼ੀ ਕਰਨ ਵਾਸਤੇ, ਔਰ ਜਿੱਥੇ ਵੀ ਸਾਨੂੰ ਕੋਈ ਕਮੀਆਂ ਲੱਗਦੀਆਂ ਨੇ ਉਹਨਾਂ ਨੂੰ ਦੂਰ ਕਰਨ ਵਾਸਤੇ ਯਾਰ ਵਿਧਾਨ ਸਭਾ ਕਮੇਟੀ ਅੱਜ ਆਈ ਹੈਗੀ ਲੁਧਿਆਣੇ। ਤੁਸੀਂ ਕਹਿ ਰਹੇ ਹੋ ਕਿ ਲੁਧਿਆਣੇ ਦੇ ਵਿੱਚ ਇਸ ਟਾਈਮ ਸਭ ਤੋਂ ਘੱਟ ਕਰਪਸ਼ਨ ਹੈਗੀ ਹੈ ਜਾਂ ਇਲੀਗਲ ਬਿਲਡਿੰਗਾਂ ਨਹੀਂ ਬਣਦੀਆਂ, ਹਰ ਵਾਰੀ ਤੁਸੀਂ ਕਹਿੰਦੇ ਹੋ ਕਿ ਮੈਨੂੰ ਦੱਸੋ ਕਿੱਥੇ ਹੈ, ਅੱਜ ਮੈਂ ਆਪ ਜਾ ਕੇ ਢਾ ਦਿੰਦਾ। ਨਹਿਰ 'ਤੇ ਜਿਹੜੀ ਹੈ ਬਿਲਡਿੰਗ ਬਣ ਰਹੀ ਹੈਗੀ ਹੈ, ਲਗਾਤਾਰ ਵਾਇਓਲੇਸ਼ਨ ਕੀਤੀ ਹੈ, ਕੋਈ ਹਾਊਸ ਲਾਈਨ ਨਹੀਂ ਹੈ, ਕਿੰਨੀ ਵਾਰੀ ਤੁਹਾਡੇ ਨੋਟਿਸ 'ਚ ਵੀ ਲਿਆਇਆ ਗਿਆ ਤੁਹਾਡਾ, ਪਰ ਉੱਥੇ ਕੱਖ ਨਹੀਂ ਹੋਇਆ। ਕਮਿਸ਼ਨਰ ਸਾਹਿਬ, ਇਹ ਜਿਹੜਾ ਬਿਲਡਿੰਗ ਚੈੱਕ ਕਰੋ ਕਿਹੜੀ ਹੈ ਅਤੇ ਅੱਜ ਹੀ ਐਕਸ਼ਨ ਕਰੋ ਜੀ, ਬੜੀ ਵਾਰ ਅਖਬਾਰਾਂ 'ਚ ਆ ਗਿਆ। ਨਹਿਰ 'ਤੇ ਜਿਹੜੀ ਵੀ ਬਿਲਡਿੰਗ ਆ ਉੱਥੇ ਸਰਕਾਰੀ ਜਗ੍ਹਾ ਵੀ ਦੱਬੀ ਹੋਈ ਹੈ ਉਹਨਾਂ ਨੇ, ਜਿਹੜੀ ਸੂਏ ਦੇ ਬਿਲਕੁਲ ਨਾਲ ਹੈ। ਚੈੱਕ ਕਰਕੇ ਜੀ ਐਕਸ਼ਨ ਕਰੋ ਸਰ, ਅੱਜ ਹੁਣੇ ਲਾਓ, ਲਗਾਤਾਰ ਹੁਣੇ ਐਕਸ਼ਨ ਹੋਏਗਾ, ਘੰਟੇ ਬਾਅਦ ਸਰ, ਇੱਕ ਘੰਟੇ ਬਾਅਦ ਐਕਸ਼ਨ ਹੋਏਗਾ। ਮਲਹਾਰ ਸਿਨੇਮਾ 'ਤੇ, ਮਲਹਾਰ ਸਿਨੇਮਾ ਰੋਡ 'ਤੇ ਸਰ ਸੂਆ ਹੈਗਾ, ਸੂਏ ਦਾ ਜਿਹੜਾ ਇੰਨੇ ਸਾਲਾਂ ਦਾ ਸੂਆ ਹੈਗਾ ਉਹ ਦੱਬ ਲਿੱਤਾ ਗਿਆ, ਅਕਰੋਚਮੈਂਟ ਕਰ ਦਿੱਤੀ ਗਈ, ਲੋਕਾਂ ਨੇ ਹੁਣ ਸਰਕਾਰੀ ਜ਼ਮੀਨਾਂ ਵੀ ਵੇਚ ਦਿੱਤੀਆਂ। ਉਹ ਤੁਸੀਂ ਮੈਨੂੰ ਉਹਦੇ ਪੇਪਰ ਦੇ ਦਿਓ, ਮੈਨੂੰ ਉਹਦੇ ਬਾਰੇ ਪਤਾ ਨਹੀਂ, ਉਹਦੇ ਬਾਰੇ ਮੈਨੂੰ ਉਹਦੇ ਬਾਰੇ ਤੁਹਾਡੇ ਤੋਂ ਥਰੂ ਪਤਾ ਲੱਗ ਰਿਹਾ, ਮੰਨੋ ਗੱਲ, ਮੇਰੇ ਮੂੰਹ 'ਚ ਨਾਲ ਗੱਲ ਪਾਓ, ਮੈਨੂੰ ਦਿਓ, ਮੈਂ ਉਹਨੂੰ ਐਕਸਪਲੇਨ ਕਰਾਊਂਗਾ। ਜਿਹੜੀ ਚੀਜ਼ ਬਾਰੇ ਪਤਾ ਮੈਂ ਨਾਲ ਕਮਿਸ਼ਨਰ ਸਾਹਿਬ ਨੂੰ ਕਹਿਤਾ। ਤੁਸੀਂ ਪੂਰੇ ਇਸ ਤੋਂ ਬਾਅਦ ਆਪਾਂ ਬੁੱਢੇ ਨਾਲੇ 'ਤੇ ਜਾਣਾ, ਤੁਸੀਂ ਸਾਰਿਆਂ ਨੇ ਨਾਲ ਜਾਣਾ ਮੇਰੇ। ਬਿਲਕੁਲ, ਮੈਂ ਉਸ ਚੀਜ਼ 'ਤੇ ਸਟੈਂਡ ਆ, ਕਾਇਮ ਆ, ਜਦ ਤੱਕ ਅਸੀਂ ਜਦੋਂ ਤੱਕ ਅਸੀਂ ਉਹਦੀ ਜੜ ਨਹੀਂ ਫੜਾਂਗੇ ਉਦੋਂ ਤੱਕ ਬੁੱਢਾ ਨਾ, ਕਿਉਂਕਿ ਪੁਰਾਣੀ ਜਿਹੜੀ DPR ਬਣੀ ਆ, ਪੁਰਾਣੀਆਂ ਸਰਕਾਰਾਂ ਵੇਲੇ ਦੀ, ਉਹ ਗਲਤ ਬਣੀ ਆ। ਅਸੀਂ ਤਾਂ ਉਹਨਾਂ ਦੇ ਬੀਜੇ ਕੰਢੇ ਚੁੱਗ ਰਹੇ ਹਾਂ, ਕੋਸ਼ਿਸ਼ ਕਰ ਰਿਹਾ ਚੁੱਗਣ ਦੀ, ਪਰ ਜਿੱਥੇ ਸਾਨੂੰ ਜ਼ਰੂਰਤ ਪਵੇ ਤਾਂ ਅਸੀਂ ਕਰਾਂਗੇ। ਹਰ ਜੋ ਜੀ, ਇੱਕ ਮਿੰਟ ਜੀ, ਇੱਕ ਨਿਊ ਹਾਈ ਸਕੂਲ ਦਾ ਮੁੱਦਾ ਹੈਗਾ, ਨਿਊ ਹਾਈ ਸਕੂਲ ਇੱਕ ਸੋਸਾਇਟੀ ਦੇ ਕੁਝ ਲੋਕਾਂ ਨੇ ਦੱਬ ਲਿਆ ਹੈਗਾ, ਨਿਊ ਹਾਈ ਸਕੂਲ, ਉਹਦਾ ਕੀ ਕੀਤਾ ਜਾਏਗਾ? ਦੇਖੋ, ਉਹਦੇ ਤੇ ਵੀ ਅੱਜ ਐਕਸ਼ਨ ਕਰਾਂ ਯਾਰ, ਬਾਕੀ ਗੱਲਾਂ ਬਾਅਦ ਚ। ਅੱਜ ਦੇ ਜਿੰਨੇ ਡਿਵੈਲਪਮੈਂਟ ਦੇ ਮੁੱਦੇ ਆ ਤੁਹਾਨੂੰ ਬਾਹਰ ਆ ਕੇ ਦੱਸਦੇ, ਅਸੀਂ ਪਹਿਲਾਂ ਗੱਲ ਕਰੀਏ।